ਇੱਕ ਬਿੱਲ ਵਧੀਆ ਸੀ, ਉਹਨੇ ਉਹਦੇ ਚ ਵੀ ਦੋਸ਼ ਕੱਢ ਦੇ। ਉਹ ਕਹਿੰਦਾ ਬਈ ਜਿਹੜੀ ਪਹਿਲਾਂ ਕੈਸਟ ਚੱਲੀ ਸੀ ਉਹ ਯੂਟਿਊਬ ਨੇ ਚਲਾ ਦਿੱਤੀ। ਮੈਂ ਤਾਂ ਕਹਿੰਦਾ ਅੱਜੇ ਬੰਦ ਕਰਾ ਦੋ, ਉਹਨੇ ਤਾਂ ਬੇੜਾ ਕਰਦਾ ਸਾਡਾ, ਜਿਹੜੀਆਂ ਚਾਰ ਵਿਕੜੀਆਂ ਜ਼ਰੂਰ ਨਹੀਂ ਵਿਕਦੀਆਂ। ਸੋ ਪਹਿਲਾਂ ਤਾਂ ਵਿਵਾਦ ਕਰਕੇ ਹਿੱਟ ਹੋ ਗਈ। ਮੈਂ ਚੁੱਪ ਵੀ ਇਸੇ ਕਰਕੇ ਰਹਿੰਦੇ, ਤੁਹਾਨੂੰ ਲੱਗਦਾ ਮੈਂ ਚੁੱਪ ਕਰਨ ਵਾਲਾ ਤਾਂ ਹੈ, ਕਿਉਂਕਿ ਮੈਨੂੰ ਲੱਗਦਾ ਸੀ ਜੇ ਜ਼ਿਆਦਾ ਗੱਲ ਵਧੂ ਲੋਕਾਂ ਨੇ ਕਿਹੜਾ ਰੀਲ ਚਲਾਉਣ ਦਾ ਫਰਕ ਕਰਦਾ, ਹੁਣ ਆਪਾਂ ਕਰਦੇ ਰਹਿੰਦੇ ਸੇਜਾਂ ਦੇ। ਸੋ ਇਹ ਸੀ ਜਿਹੜੀ ਫਿਲਮ ਹੈ, ਇਹਨਾਂ ਦਾ ਕੋਈ ਵਿਵਾਦ ਨਹੀਂ ਹੋਇਆ, ਇਹ ਵੀ ਚੱਲ ਗਈ ਤਾੜੀ ਮਾਰਦੇ ਹੋਏ। ਤੂੰ ਉਮਰ ਚ ਕਾਕਾ ਛੋਟਾ ਹੈ, ਐਵੇਂ ਨਾ ਬਹੁਤਾ ਸਿਆ ਕਰ। ਉਮਰ ਚ ਕਾਕਾ ਛੋਟਾ ਹੈ, ਐਵੇਂ ਨਾ ਬਹੁਤਾ ਸੜਿਆ ਕਰ। ਗੱਡੀਆਂ ਤਾਂ ਤੈਨੂੰ ਮੈਂ ਦੇ ਦੂੰ, ਤੂੰ ਪੱਕੀ ਬਾਣੀ ਪੜਿਆ ਕਰ। ਜਦ ਕੋਈ ਧਰਮ ਦੀ ਤਕੜੀ, ਪੈਸੇ ਨਾ ਦੋ, ਪੈਸੇ ਤੁਸੀਂ ਦੇ ਕੇ ਟਿਕਟਾਂ ਤੇ ਹੱਥ ਪੈਸੇ ਮਿਲਾ ਲਓ। ਜਦ ਕੋਈ ਧਰਮ ਦੀ ਤਕੜੀ ਤੇਰਾ ਤੇਰਾ ਤੋਲਦੀ ਹੈ, ਫੇਰ ਛੱਜ ਵੀ ਬੋਲਦਾ ਹੈ, ਫੇਰ ਛਾਲਣੀ ਵੀ ਬੋਲਦੀ ਹੈ। ਸੋ ਮਹਾਰਾਜ ਸਮਤ ਬਖਸ਼ੇ, ਇਹਨਾਂ ਗੱਲ ਤੋਂ ਵਿਵਾਦ ਖੜਾ ਨਹੀਂ ਕਰਨਾ ਚਾਹੀਦਾ। ਆਪਾਂ ਚੰਗੀਆਂ ਗੱਲਾਂ ਕਰਾਂਗੇ ਤਾਂ ਹੀ ਤੁਹਾਡਾ ਫਤਵਾ ਮਿਲੂਗਾ, ਜੇ ਮਾੜੀਆਂ ਕਰਾਂਗੇ। ਮੈਂ ਇਸੇ ਕਰਕੇ ਫਿਲਮ ਚ ਤਾਂ ਜ਼ਰੂਰੀ ਹੁੰਦਾ ਕਿ ਕੁੜੀ ਦੀ ਲੋੜ ਹੀ ਪੈਂਦੀ ਹੈ, ਕਿਉਂਕਿ ਫਿਰ ਜਨਾਨੀ ਦੇ ਤਰੀਕੇ ਆਉਣਾ ਫਿਰ ਉਹਦੇ ਬੰਦੇ ਹੋਏ ਸਾਰੇ। ਸੋ ਇਸ ਕਰਕੇ ਜੇ ਗਾਣੇ ਅਸੀਂ ਕਰਦੇ ਹਾਂ, ਕੋਸ਼ਿਸ਼ ਹੁੰਦੀ ਹੈ ਵੀ ਉਹਦੇ ਚ ਮਾਡਲ ਨਾ ਹੀ ਯਾਰ ਭਾਈ ਹੱਥ ਹੀ ਪਹਿਲਾਂ ਜੋੜ ਦੇ, ਨਾ ਬੀਬੀ ਤੂੰ ਰਹਿਣ ਦੇ, ਤੇਰੇ ਨਾਲ ਨੱਚੇ ਤਾਂ ਫਿਰ ਹੋਊਗਾ ਬਣ ਜਾਣ, ਇਕੱਲੇ ਹੀ ਠੀਕ ਹੈ ਸਾਹ ਲੈ ਜਾ ਬੀਬੀ।